अस्सलाम वालेकुम, मैं सैयद अली हसनैन शाह, तुसे वेदो पे यूट्यूब चैनल नकवी कनवाल। उम्मीद करें ना अल्लाह दे फजल नाल ते करम नाल सब दोस्त जरा ठीक हो सो। ओ बेलेडे ते मौजूद हां, एक इट्टा दा साडा फेरा लै गया मैं, तुसे तुहानू विखा भी देना ते नाल नाल इट्टा होसन इंशाल्लाह। ते असी जिल्ले थोड़ी जी इकट्ठी होवे साडे कोल 2000 इत्थे पहुंच जावे साडे कोल, असी इंशाल्लाह शुरू कर दसा। एक फेरा साडे कोल लै गया ते बाद विच जुमे दा टाइम आए, जुम्मे शुम्मे पढ़ी रहा तो इंशाल्लाह जेड़ा ना हूँ जुम्मे शुम्मे मुकम्मल हो गया पढ़ी गया। तो ट्राली वाले भी आख्या वा, वह भी हमने आ पैंता तो मजीद असी जी बकाया ट्रां की वह भी लद के इतना सट लें आके। तो टैंकी ले जा, मैं तुम वाता विखा छुड़ना। यह सड़क दूसरी साइड तो मैं आ गया तो बिल्कुल है किकरे के थले जिते विराह बैठे हूँ, बिल्कुल इस जगह असी टैंकी बनानी पानी वाली, ताकि ये बिस साइड तो अगर पैप सा नड़ना पवे ना गिर वाली साइड तो इस साइड तो नज़दीक है ना, कि बस सड़क पड़नी पवे जो दूसरी साइड तक लैके बहना पवे। तो सामने बिल्कुल मुसाफरखाना उसी टैंकी जोड़ा अस बरते वाली साइड तो बना गया। तो इंशाल्लाह हूँ कुछ दिनों में भी कंप्लीट हो गया, असी शुरू कर दिता असा थोड़ी दुआ उसी तो नाल ना सपोर्ट करे सो जे बरा वीडियो वे दो कनवाला ने खास करके। इट की लोडिंग असं आप ही करें पे इत भाई अदनान मैं साढ़े नासाना इस खप्पे च उतरे लाइए चाह मैं आख्या अगर अदनान आ रहा तो चाह पीने चाह ना दें चाह आख छुड़े भैया मैं सामान प्रयोग है थोड़ी ही रख मुसाफरखाना, मुसाफरखाना बनाना सिवे दे सो कि बाकी बड़ी खराब हुई है साड़ी भाई अदनान की तो मैंडी इट्टा सा आप ही लोड की मत इतने लाइया ना पिछे वेख सकते हो मैं पिछे भी तुम विखा छुड़े ना एहसान बिल्कुल साढ़े नाल हर कमे लदवाइज की सो तो ट्रैक्टर ट्राली भाई अदनान का दूर फिर अस लाया होना सुबह थोड़ी इट्ट आई लेकिन हूँ असर बोल के आती है तावन भाई करे सो तो ही ना अजे तो नहीं ना कोई सीमेंट सीमेंट सटा दिया जनाब जेड़े कोई हाँ
ਆਪਣੇ ਕੋਲ ਛਡਾ ਦੇਣੇ ਨੇਗੇ ਤੇ ਤਕਰੀਬਨ ਇਹ ਸਾਡੇ ਕੋਲ ਤਕਰੀਬਨ 17-1800 ਪਹੁੰਚ ਗਈ ਹੈ ਜਿਹਦੇ ਥੋੜੀ ਮੁੱਲ ਖਰੀਦੀ ਹੈ ਤੇ ਬਾਕੀ ਜਿਹੜਾ ਲੋਕ ਹੈਲਪ ਕੀਤੀ ਸਾਡੀ ਇਸ ਕੰਮ ਵਿੱਚ ਮਤਲਬ ਡਾਕਟਰ ਗੁਲਜ਼ਾਰ ਸਾਹਿਬ ਹਨ ਉਹਨਾਂ 300 ਇੱਟਾਂ ਦਿੱਤੀ ਹੈ ਚੇਅਰਮੈਨ ਵੀ ਰਹੇ ਮਤਲਬ ਵਸੀਰੇ ਵਾਲੇ ਮਤਲਬ ਡਾਕਟਰ ਗੁਲਜ਼ਾਰ ਸਾਹਿਬ ਉਹਨਾਂ ਸਾਨੂੰ 300 ਇੱਟ ਦਿੱਤੀ ਹੈ ਭਾਈ ਵਕਾਰ ਹਨ ਉਹਨਾਂ 300 ਇੱਟ ਦਿੱਤੀ ਸਨ ਚਾਚਾ ਅਖਤਰ ਗਠੀਰਾ ਉਹਨਾਂ ਸਾਨੂੰ ਟੁੱਟੇ ਛੋਟੇ ਜਿਹੜੇ ਉੱਥੇ ਪਏ ਇੱਟ ਛਿੱਟਾਂ ਉਹਨਾਂ ਵੀ ਆਖਿਆ ਵੀ ਜਿਹੜੇ ਤੁਹਾਨੂੰ ਲੋੜੀਂਦਿਆਂ ਚਾਹ ਲਿਆਓ ਅਤੇ ਬਾਕੀ ਕੋਈ ਮੁੱਲ ਖਰੀਦ ਵੀ ਵਿੱਚ ਇੱਟ ਹੈ ਅਤੇ ਕਾਫੀ ਗ੍ਰਾਮ ਵੀ ਤਾਵਨ ਅੱਗੇ ਕੀਤਾ ਸਾਡੇ ਨਾਲ ਲੇਕਿਨ ਉਹਨਾਂ ਇੰਝ ਹੀ ਮਤਲਬ ਮਨਾ ਕੀਤਾ ਵੀ ਯਾਰ ਸਾਡਾ ਸ਼ੋਅ ਨਹੀਂ ਤੁਸੀਂ ਕਰਨਾ ਸਾਡਾ ਕੀਤਾ ਮਤਲਬ ਵੰਝਾਇਆ ਉਹਨੇ ਅਤੇ ਜਿਹਨੇ ਜਿਹਨੇ ਮੈਨੇ ਇਜਾਜ਼ਤ ਦਿੱਤੀ ਹੈ ਮੈਂ ਪਹਿਲਾਂ ਪੁੱਛਿਆ ਉਹਨੂੰ ਕਹੋ ਮੈਂ ਤੁਹਾਡਾ ਨਾਂ ਲੈ ਲਵਾਂ ਉਹਨੇ ਮੈਨੇ ਇਜਾਜ਼ਤ ਦਿੱਤੀ ਹੈ ਕਿ ਤੂੰ ਸਾਡਾ ਨਾਂ ਲੈ ਲੈ ਉਸ ਹਿਸਾਬ ਵਿੱਚ ਆ ਕੇ ਮੈਂ ਦੱਸਿਆ ਮਤਲਬ ਅਤੇ ਬਾਕੀ ਵੀ ਜੋ ਜੋ ਸੀ ਇਨਸ਼ਾਅੱਲਾ ਜਿੱਦਣੇ ਅਸੀਂ ਮੁਕੰਮਲ ਕਰ ਰਹੇ ਉਸ ਹੈ ਜੇ ਤਾਂ ਸਤਾ ਹੋਇਆ ਉਹਦਾ ਸਾਰੀ ਅਪਡੇਟ ਅਸੀਂ ਦੱਸਾਂ ਇਸ ਗੱਲ ਦੀ ਮਤਲਬ ਕਿ ਕਿਹਨੇ ਕਿਹਨੇ ਬਰਾਵਾਂ ਸਾਡੇ ਨਾਲ ਤਾਵਨ ਮਜ਼ੀਦ ਕੀਤਾ ਅਤੇ ਜਿੰਨਾ ਹੋਰ ਵੀ ਤਾਵਨ ਕਰਨਾ ਨੇ ਇੱਟ ਸਾਡੇ ਸਾਹਮਣੇ ਪਿੱਛੇ ਤੁਸੀਂ ਵੇਖ ਸਕਦੇ ਹੋ ਮਤਲਬ ਆ ਗਈ ਹੈ ਅਤੇ 2-3 ਦਿਨਾਂ 'ਚ ਅਸੀਂ ਸ਼ੁਰੂ ਕਰਨ ਲੱਗੇ ਹੁਣ ਪਿੱਛੇ ਰੇਤ ਹੈ ਬਾਈ ਦਨਾਨ ਪੈਦਰ ਕਰ ਪਿਛਲੇ ਟਾਈਮ ਤੋਂ ਸੱਟ ਦਿੱਤਾ ਇਹਨਾਂ ਦੇ ਵੀ ਬੜੇ ਤਾਵਨ ਨੇ ਦੂਏ ਫਿਰ ਅਸੀਂ ਇੱਟਾਂ ਤੋਂ ਸੱਟ ਦਿੱਤੇ ਨੇ ਬਗੈਰ ਲਾਲਚ ਤੋਂ ਬਗੈਰ ਪੈਸਿਆਂ ਤੋਂ ਅਤੇ ਤੇਲ ਪੱਲਿਓ ਸਾੜ ਕੇ ਆਪਣੇ ਪੱਲਿਓ ਮਤਲਬ ਲਦਾਈ ਸ਼ਦਾਈ ਸਾਰਾ ਉਹ ਕਰਕੇ ਸੁਬਹ ਬੰਦਾ ਇੱਕ ਨਾਲ ਇਹਨਾਂ ਖੜੇ ਵਾ ਹੁਣ ਆਪ ਮੈਂ ਤਾਂ ਇਹ ਬਾਈ ਦਨਾਨ ਰਲ ਕੇ ਲੱਦੀ ਇੱਟ ਇੱਥੋਂ ਅਤੇ ਫੀਸ ਵੀ ਲੇ ਲੱਭੇ ਕਰੇ ਨੇ ਕਿਸੇ ਬੰਦੇ ਵਾਸਤੇ ਕੋਈ ਨਾ ਆਪੇ ਕਰੇ ਨੇ ਬਸ ਸਾਡੇ ਕੋਲ ਨਾ ਚਮਕੇ ਸਿਰਫ ਅਸੀਂ ਯਾਦ ਮੈਂ ਚਲੋ ਅੱਲਾ ਦੀ ਜ਼ਾਤ ਰਾਜ਼ੀ ਹੋ ਸੀ ਕੋਈ ਬੰਦਾ ਵਿੱਚ ਅੱਬਾ ਸੀ ਸਾਡਾ ਕਿ ਦੁਆ ਕਰ ਚੁੜੀ ਸਨੇ ਵੀ ਬੜਾ ਮਤਲਬ ਅਤੇ ਬਾਕੀ ਬੜੀ ਦੁਨੀਆ ਕਰਨ ਵਾਲੀ ਪੈਸਿਆਂ ਲਈ ਹਰ ਬੰਦੇ ਦੇ ਜੇ ਕੰਮ 'ਚ ਪੈਸੇ ਲੱਗਦੇ ਵੀ ਕੋਈ ਨਹੀਂ ਅਤੇ ਰੱਬ ਦੀ ਜ਼ਾਤ ਜਿਹਨੂੰ ਮੋਹਰ ਲੈਂਦੀ ਹੈ ਜਿਹਦੀ ਮਨਜ਼ੂਰੀ ਹੁੰਦੀ ਉਸੇ ਬੰਦੇ ਦੇ ਪੈਸੇ ਇਸ ਕੰਮ 'ਚ ਲੱਗਦੇ ਨੇ ਜਿਸ ਤਰ੍ਹਾਂ ਹਜ ਤਾਂ ਹਰ ਬੰਦਾ ਨਹੀਂ ਨਿਭਾਈ ਸਕਦਾ ਪੈਸੇ ਦੇ ਹੋਣ ਦੇ ਬਾਵਜੂਦ ਇਸੇ ਤਰ੍ਹਾਂ ਮਤਲਬ ਇਹ ਜੇ ਕਮੀ ਵੀ ਨੇਕੀ ਵਾਲੇ ਹਰ ਬੰਦੇ ਦੇ ਪੈਸੇ ਨਹੀਂ ਲੱਗਦੇ ਅਤੇ ਜਿਹਨੇ ਦਿੱਤੇ ਨੇ ਅੱਲਾ ਪਾਕ ਉਹਨਾਂ ਨੇ ਕਬੂਲ ਕਰੇ ਮਾਲਕ ਆਪਣੇ ਦਰਬਾਰ ਵਿੱਚ ਉਹਨਾਂ ਦੇ ਮਨਜ਼ੂਰ ਕਰੇ ਸਾਡੀ ਦੁਆ ਹੈ ਉਹਨਾਂ ਬੰਦਿਆਂ ਵਾਸਤੇ ਬਿਲਕੁਲ ਭਾਈ ਆਸਾਨ ਸਾਨ ਇੱਟਾਂ ਸਟਾਈਆਂ ਐਲਾਨ ਦੇ ਲੱਡੇ ਤੋਂ ਸਲੱਦੀਆਂ ਨੂੰ ਅਤੇ ਇਹਦੀ ਮਿਹਰਬਾਨੀ ਹੈ ਮਤਲਬ ਨਾਲ ਇਹ ਦੁਆਈ ਵੀ ਸਾਨੂੰ ਦਿੰਦਾ ਪਿਆ ਅੱਲਾ ਭਾਉਂਦੇ ਨੇ ਜਿਹਨੇ ਦਿੱਤਾ ਸਾਨੂੰ ਇਸ ਕੰਮ ਵਾਸਤੇ ਉਹਨਾਂ ਨੂੰ ਦੁਆ ਦੇ ਅੱਲਾ ਹੋਰ ਦੇ ਨੇ ਜਿਹਨਾਂ ਇਸ ਕੰਮ ਵਿੱਚ ਹਿੱਸਾ ਲਿਆ ਜਾਂ ਮਤਲਬ ਪੈਸੇ ਦਿੱਤੇ ਨੇ ਜਾਂ ਸਾਨੂੰ ਇੱਟਾਂ ਦਾ ਤਾਵਨ ਕੀਤਾ ਨੇ ਉਹਨਾਂ ਬੰਦੇ ਵਾਸਤੇ ਭਾਈ ਆਸਾਨ ਵੀ ਦੁਆ ਪੇ ਕਰੇ ਦੇ ਅੱਜ ਦੀ ਵੀਡੀਓ ਵੀ ਲੰਮੀ ਕੋਈ ਨਹੀਂ ਬਣਾਈ ਸਿਰਫ ਇਹ ਕੰਮ ਰਹਿੰਦਾ ਪਈ ਅਤੇ ਮੈਂ ਕਿ ਚਲੋ ਅੱਜ ਦੇ ਦਿਨ 'ਚ ਇੱਟਾਂ ਲਾਓ ਬੰਜੇ ਪਿੱਛੋਂ ਹੁਣ ਸੀਮਟ ਤਾਂ ਬਜਰੀ ਰਹਿ ਗਈ ਉਹ ਵੀ ਬਰਾਵਨ ਦੂਤਰੀਨ ਨਕਸਾਂ ਅਤੇ ਉਹ ਅਲੱਗ ਕਰੇ ਸੀ ਨਾਲ ਹੋ ਵੈਸੀ ਅਤੇ ਸਾਨੂੰ ਉਹ ਕੋਈ ਨਹੀਂ ਬਣ ਸ਼ਰਮ ਵਾਲੀ ਗੱਲ ਅਸੀਂ ਆਪ ਮਤਲਬ ਹੁਣ ਵੀ ਲੱਗ ਕੇ ਤਾਂ ਟਰਾਲੀ ਭਰ ਲਈ ਸੁਬਹ ਹੀ ਬਈ ਅਦਨਾਨ ਔਰ ਭਰ ਲਈ ਹੈ ਮਜ਼ੀਦ ਵੱਧ ਵੀ ਸਾਨੂੰ ਆਪਣ ਕਰਨਾ ਪਿਆ ਸਾਨੂੰ ਸ਼ਰਮ ਮਹਿਸੂਸ ਕੋਈ ਨਹੀਂ ਹੁੰਦਾ ਪਿਆ ਦੇਸ਼ ਅਸੀਂ ਇਨਸ਼ਾਅੱਲਾ ਆਪ ਕਰ ਲਸਾਂ ਅਤੇ ਬਾਕੀ ਅਗਰ ਮਿਸਤਰੀ ਨਾਲ ਮਤਲਬ ਮੈਂ ਇੱਕ ਨਾਲ ਕੀਤੀ ਹੈ ਗੱਲ ਅੱਗੋਂ ਸਾਡੇ ਕਨਵਾਲਾਂ ਦੇ ਹਨ ਮਤਲਬ ਉਹ ਅਨਸਾਰੀ ਉਹ ਸਾਰੇ ਕਰਿੰਦੇ ਨੇ ਮਤਲਬ ਕੋਠੀਆਂ ਛੋਟੀਆਂ ਦੇ ਲੰਟਰ ਛੰਟਰ ਸਾਰੇ ਉਹ ਕਰਿੰਦੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਪਿਛਲੇ ਟਾਈਮ ਉਹਨਾਂ ਆਖੇ ਬਾਈ ਸਾਡੇ ਕੋਲ ਅਜੇ ਤੱਕ ਟਾਈਮ ਕੋਈ ਨਹੀਂ ਅਸੀਂ ਕੰਮ 3-4 ਨੱਪੇ ਉਹਨਾਂ ਅਤੇ ਮਜ਼ੀਦ ਇੱਥੋਂ ਬਾਹਰ ਦੇ ਮਿਸਤਰੀ ਆਏ ਹੁਣ ਕਨਵਾਲ ਦੇ ਵਿੱਚ ਜਿਹੜੇ ਕੰਮ ਪਏ ਕਰਿੰਦੇ ਨੇ ਉਹਨਾਂ ਨਾਲ ਕਿਸੇ ਨਾਲ ਗੱਲ ਕਰਸਾਂ ਤੁਹਾਡਾ ਇੱਕ ਮਿਸਤਰੀ ਲੱਭ ਗਿਆ ਮਜ਼ਦੂਰ ਅਸੀਂ ਆਪਣੇ ਕਨਵਾਲਾਂ ਦੇ ਹੇਕਾਂ ਨਾਲ ਬਣਾ ਲਸਾਂ ਅਤੇ ਬਾਕੀ ਅਸੀਂ ਆਪ ਵੀ ਇੱਥੇ ਉਸਾਂ ਦੇ ਨਾਲ ਟੇਕ ਸ਼ੇਕ ਦਿਸਾਂ ਤੱਲਾ ਕਰੇ ਸੀ ਅਤੇ ਜਿਸ ਤਰ੍ਹਾਂ ਟੈਂਕੀ ਮੁਕੰਮਲ ਹੋਈ ਹੈ ਇਸੇ ਤਰ੍ਹਾਂ ਮਤਲਬ ਇਹ ਵੀ ਇੱਕ ਦਿਨ ਕੰਪਲੀਟ ਹੋ ਵੈਸੇ ਅਤੇ ਦੁਆ ਕਰੇ ਸੋ ਹਰ ਬੰਦਾ ਮਤਲਬ ਦੁਆ ਬੜੀ ਬਰਕਤ ਹੈ ਜਿਸ ਵਾਸਤੇ ਦੁਆ ਕਰੇ ਸੋ ਇਸ ਕੰਮ ਵਾਸਤੇ ਇਨਸ਼ਾਅੱਲਾ ਸਾਡਾ ਉਹ ਕੰਮ ਤੋੜ ਚੜ ਵੈਸੀ ਤੁਹਾਡੀ ਦੁਆ ਦੀ ਜ਼ਰੂਰਤ ਹੈ ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਸੀ ਨੈਕਸਟ ਵੀਡੀਓ 'ਚ ਅੱਲਾ ਹਾਫਿਜ਼।